ਸਰਕਾਰ ਕੋਲੇ ਬਹੁਤ ਅਧਿਕਾਰ ਹੁੰਦੇ, ਜੋ ਮਰਜ਼ੀ ਕਰੇ ਕਰ ਸਕਦੀ ਹੁੰਦੀ ਹੈ। ਜਿੰਨਾ ਚਿਰ ਸਰਕਾਰ ਨੇ ਸਾਨੂੰ ਸਾਡੀ ਬਣਦਾ ਹੱਕ ਨਹੀਂ ਦਿੱਤਾ, ਜਿਹੜਾ ਸਾਨੂੰ ਮਤਲਬ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਰਾਈਟ ਦਿੰਦਾ ਹੈ, ਜਾਂ ਜਿਹੜਾ ਸਾਡੀ ਮਾਨਯੋਗ ਸੁਪਰੀਮ ਕੋਰਟ ਜਿਹੜਾ ਸਾਨੂੰ ਜੇ ਕੁਛ ਦਿਵਾਉਂਦੀ ਹੈ, ਦੇਣ ਨੂੰ ਕਹਿ ਰਹੀ ਹੈ ਸਰਕਾਰ ਨੂੰ, ਅਗਰ ਉਹ ਨਹੀਂ ਦਿੱਤਾ ਤਾਂ ਉਹ ਅਧਿਕਾਰੀ ਗਏ ਕਿਉਂ ਜੀ ਉੱਥੇ? ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਕਿ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਸੀ ਕਿ 100 ਰੁਪਈਆ ਪਰ ਕੁਇੰਟਲ ਕਿਸਾਨਾਂ ਨੂੰ ਇਨਸੈਂਟਿਵ ਦੇਵੇ ਸਰਕਾਰ, ਪੰਜਾਬ ਹਰਿਆਣਾ ਤੇ ਯੂਪੀ ਦੀਆਂ ਸਰਕਾਰਾਂ ਦੇਣ। ਕੀ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਉਹ ਦਿੱਤਾ ਹੈ? ਜਿਸ ਤਰ੍ਹਾਂ ਦੇ ਨਾਲ ਹੁਣ ਕਿਸਾਨਾਂ 'ਤੇ ਪਰਚਾ ਦਰਜ ਕਰਨ ਦੀ ਗੱਲ ਖੁਦ ਪੰਜਾਬ ਦੇ ਮੁੱਖ ਮੰਤਰੀ ਨੇ ਕਹੀ ਹੈ ਕਿ ਕਿਸਾਨ ਜਥੇਬੰਦੀਆਂ ਉਹਨਾਂ ਕਿਸਾਨਾਂ ਦਾ ਸਾਥ ਦੇਣਗੇ। ਡੈਲੀਵਲ ਸਾਹਿਬ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਪੱਤਰਕਾਰ ਗਗਨਦੀਪ ਸਿੰਘ ਗੱਲ ਕਰ ਰਿਹਾ ਜੀ ਦ ਸਟੇਟ ਟੀਵੀ ਤੋਂ। ਜੀ ਡਲੀਵਲ ਸਾਹਿਬ, ਮੈਂ ਤੁਹਾਡਾ ਸਿਰਫ ਰਿਐਕਸ਼ਨ ਚਾਹੁੰਦਾ ਸੀ ਜਿਸ ਤਰ੍ਹਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਟਵੀਟ ਕਰਕੇ ਕਿਹਾ ਕਿ ਪਰਚਾ ਦਰਜ ਕਰਾਂਗੇ ਉਹਨਾਂ ਕਿਸਾਨਾਂ 'ਤੇ ਜਿਨ੍ਹਾਂ ਨੇ ਸਰਕਾਰੀ ਅਧਿਕਾਰੀ ਤੋਂ ਅੱਗ ਲਵਾਈ ਹੈ, ਇਸ ਦੇ ਉੱਤੇ ਤੁਹਾਡਾ ਕੀ ਰਿਐਕਸ਼ਨ ਹੈ? ਦੇਖੋ, ਮੈਂ ਨਾ ਇਸ ਵਿਸ਼ੇ ਦੇ ਉੱਤੇ ਥੋੜ੍ਹੇ ਚਿਰ 'ਚ ਹੀ ਜੀ ਇੱਕ ਪਾਉਣ ਲੱਗਾ ਵੀਡੀਓ ਜੀ, ਸਾਰੀ ਖੁੱਲ੍ਹ ਕੇ ਗੱਲ ਕਰ ਦਊਂਗਾ ਮੈਂ ਜੀ। ਜੇ ਤੁਸੀਂ ਰਿਐਕਸ਼ਨ ਆਪਦੇ ਲੈਵਲ 'ਤੇ ਲੈਣਾ ਤਾਂ ਮੈਂ ਤੁਹਾਨੂੰ ਦੱਸ ਦਿੰਦਾ। ਜੀ ਬਿਲਕੁਲ, ਤੁਸੀਂ ਆਪਣੇ ਲੈਵਲ ਸਾਡੇ ਲੈਵਲ 'ਤੇ ਦੇ, ਬਾਅਦ 'ਚੋਂ ਵੀਡੀਓ ਵੀ ਸਾਡੇ ਨਾਲ ਸਾਂਝੀ ਜ਼ਰੂਰ। ਚਲੋ, ਮੇਰੀ ਬੇਨਤੀ ਹੈ, ਸਭ ਤੋਂ ਪਹਿਲੀ ਤਾਂ ਗੱਲ ਇਹ ਹੈ ਕਿ ਠੀਕ ਹੈ, ਇਹਦਾ ਮਤਲਬ ਇਹ ਹੈ ਵੀ ਉਹ ਸਰਕਾਰ ਹੈ ਜੀ, ਸਰਕਾਰ ਕੋਲੇ ਬਹੁਤ ਅਧਿਕਾਰ ਹੁੰਦੇ, ਜੋ ਮਰਜ਼ੀ ਕਰੇ ਕਰ ਸਕਦੀ ਹੁੰਦੀ ਹੈ ਜੀ। ਪਰ ਸਰਕਾਰ 'ਤੇ ਮੇਰਾ ਸਵਾਲ ਹੈ ਮਾਨਯੋਗ ਮੁੱਖ ਮੰਤਰੀ ਜੀ ਨੂੰ, ਜਿਹਨੇ ਟਵੀਟ ਕਰਕੇ ਕਿਹਾ ਵੀ ਅਸੀਂ ਪਰਚਾ ਦਿਓ ਕਿਸਾਨਾਂ 'ਤੇ ਜਾਂ ਦੇਵਾਂਗੇ ਜੀ, ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਕਿ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਸੀ ਕਿ 100 ਰੁਪਈਆ ਪਰ ਕੁਇੰਟਲ ਕਿਸਾਨਾਂ ਨੂੰ ਇਨਸੈਂਟਿਵ ਦੇਵੇ ਸਰਕਾਰ, ਪੰਜਾਬ ਹਰਿਆਣਾ ਤੇ ਯੂਪੀ ਦੀਆਂ ਸਰਕਾਰਾਂ ਦੇਣ ਜੀ। ਕੀ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਉਹ ਦਿੱਤਾ ਹੈ ਜੀ? ਇਹ ਪਰਾਲੀ ਨਾ ਸਾੜਨ ਵਾਸਤੇ ਦਿੱਤਾ, ਕਿਹਾ ਸੀਗਾ ਵੀ ਫਿਰ ਕਿਸਾਨ ਪਰਾਲੀ ਨੂੰ ਮਤਲਬ ਸਾਂਭ ਸੰਭਾਲ ਕਰ ਲੈਣਗੇ ਉਹਦੇ ਨਾਲ ਜੀ। ਇੱਕ ਗੱਲ ਨੰਬਰ 2, ਜਿਹੜੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਫੈਸਲੇ ਦੀਆਂ ਗੱਲਾਂ ਕਰਕੇ ਸਰਕਾਰ ਸਾਨੂੰ ਦਬਾਉਣਾ ਚਾਹੁੰਦੀ ਹੈ ਜਾਂ ਕਿਸਾਨਾਂ ਦੇ ਉੱਤੇ ਮੁਕੱਦਮੇ ਦਰਜ ਕਰਦੀ ਹੈ ਜੀ, ਉਸੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਜੀ, ਉਹਦਾ ਤੁਸੀਂ ਫੈਸਲਾ ਪੜ੍ਹੋ, ਸਟੱਡੀ ਕਰੋ ਉਹਨੂੰ, ਤਾਂ ਮੈਂ ਮਾਨਯੋਗ ਮੁੱਖ ਮੰਤਰੀ ਜੀ ਨੂੰ ਵੀ ਕਹੂੰਗਾ ਅਤੇ ਸਾਡੇ ਉਹਨਾਂ ਅਫਸਰ ਸਾਹਿਬਾਨਾਂ ਨੂੰ ਵੀ ਕਹੂੰਗਾ ਜਿਹਨਾਂ ਜਿਹੜੇ ਭੱਜਦੇ ਨੇ ਲੋਕਾਂ 'ਤੇ ਮੁਕੱਦਮੇ ਦਰਜ ਕਰਨ 'ਤੇ ਲੋਕਾਂ ਨੂੰ ਰੋਕਣ ਵਾਸਤੇ ਜੀ, ਕਿ ਉਸ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਫੈਸਲੇ ਨੂੰ ਪੜ੍ਹੋ ਪਹਿਲਾਂ। ਉਹਦੇ ਵਿੱਚ ਸ਼ੁਰੂ 'ਚ ਇਹ ਗੱਲ ਲਿਖੀ ਹੈ ਕਿ ਜਿਹੜੇ ਕਿਸਾਨ ਨੇ ਉਹਨਾਂ ਕਿਸਾਨਾਂ ਨੂੰ ਸਰਕਾਰ 2500 ਰੁਪਈਆ ਪਰ ਏਕੜ, 5 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨ ਨੇ ਜਿਹੜੇ, ਉਹਨਾਂ ਨੂੰ 5 ਏਕੜ ਤੱਕ 2500 ਰੁਪਈਆ ਪਰ ਏਕੜ ਇਨਸੈਂਟਿਵ ਦੇਵੇਗੀ ਸਰਕਾਰ ਜੀ। ਅਗਰ ਫਿਰ ਵੀ ਕਿਸਾਨ ਅੱਗ ਲਾਉਂਦੇ ਆ, ਫਿਰ ਕਿਸਾਨ ਸਜ਼ਾ ਦੇ ਹੱਕਦਾਰ ਨੇ ਜੀ। ਸਰਕਾਰ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਲਾਗੂ ਕੀਤਾ ਨਹੀਂ ਕੀਤਾ? ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਸਰਕਾਰ ਨੇ ਨਹੀਂ ਲਾਗੂ ਕੀਤਾ, ਸੁਪਰੀਮ ਕੋਰਟ ਦੇ ਫੈਸਲੇ ਨੂੰ ਸਰਕਾਰ ਨੇ ਨਹੀਂ ਲਾਗੂ ਕੀਤਾ,
ਤੇ ਕਿਸਾਨਾਂ ਨੂੰ ਦੇ ਉੱਤੇ ਪਰਚੇ ਮੁਕੱਦਮੇ ਪਾਉਣੇ, ਕਿਸਾਨਾਂ ਨੂੰ ਸਜ਼ਾ ਦੇਣੀ ਜੀ, ਕੀ ਇਹਨੂੰ ਉਚਿਤ ਮੰਨਦੇ ਆ ਅਸੀਂ? ਜਾਂ ਜਿਸ ਤਰੀਕੇ ਦੇ ਨਾਲ ਇਹ ਕਹਿੰਦੇ ਨੇ ਕਿ ਸਾਡੇ ਅਫਸਰ ਗਏ ਤੇ ਅਫਸਰਾਂ ਨੂੰ ਲੋਕਾਂ ਨੇ ਮਤਲਬ ਘੇਰਿਆ ਜਾਂ ਉਹਨਾਂ ਦੇ ਕੰਮ ਚ ਵਿਘਨ ਪਾਇਆ ਜਾਂ ਉਹਨਾਂ ਦੇ ਕੋਲ ਐਂ ਕਰਾਇਆ ਉਹ ਕਰਾਇਆ ਜਿਹੜੀਆਂ ਗੱਲਾਂ ਉਹ ਕਰਦੇ ਨੇ ਜੀ। ਹੁਣ ਮੇਰਾ ਸਵਾਲ ਹੈ ਸਰਕਾਰ ਦੇ ਉੱਤੇ ਇਸ ਗੱਲ ਦੇ ਉੱਤੇ ਕਿ ਤੁਹਾਨੂੰ ਜਿੰਨਾ ਚਿਰ ਸਰਕਾਰ ਨੇ ਸਾਨੂੰ ਸਾਡੀ ਬਣਦਾ ਹੱਕ ਨਹੀਂ ਦਿੱਤਾ, ਜਿਹੜਾ ਸਾਨੂੰ ਮਤਲਬ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਰਾਈਟ ਦਿੰਦਾ ਹੈ, ਜਾਂ ਜਿਹੜਾ ਸਾਡੀ ਮਾਨਯੋਗ ਸੁਪਰੀਮ ਕੋਰਟ ਜਿਹੜਾ ਸਾਨੂੰ ਜੇ ਕੁਛ ਦਿੰਦੀ ਹੈ ਦੇਣ ਨੂੰ ਕਹਿ ਰਹੀ ਹੈ ਸਰਕਾਰ ਨੂੰ, ਅਗਰ ਉਹ ਨਹੀਂ ਦਿੱਤਾ ਤਾਂ ਉਹ ਅਧਿਕਾਰੀ ਗਏ ਕਿਉਂ ਜੀ ਉੱਥੇ? ਉਹਨਾਂ ਦਾ ਉੱਚੇ ਤਾਂ ਜਾਣਾ ਜਦੋਂ ਜਿੰਨਾ ਚਿਰ ਉਹਨਾਂ ਨੇ ਕਿਸਾਨਾਂ ਦੀ ਬਾਹ ਨਹੀਂ ਫੜੀ ਤੇ ਕਿਸਾਨਾਂ ਦੀ ਮਦਦ ਨਹੀਂ ਕੀਤੀ। ਡਲੀਵਲ ਸਾਹਿਬ, ਉਹ ਵੀਡੀਓ ਦੇ ਵਿੱਚ ਜਿਹੜਾ ਉਹ ਸਰਕਾਰੀ ਅਫਸਰ ਹੈ ਉਹ ਗੱਲ ਆਖ ਰਿਹਾ, ਕਹਿੰਦਾ ਕਿ ਮੇਰੀ ਡੀ ਸੀ ਸਾਹਿਬ ਨੇ ਗੱਲ ਹੋ ਰਹੀ ਹੈ, ਕੋਈ ਸੁਣਵਾਈ ਨਹੀਂ ਹੋ ਰਹੀ, ਪਰ ਜਿਸ ਹਿਸਾਬ ਦੇ ਨਾਲ ਕਿਸਾਨ ਉਸਨੂੰ ਕਹਿੰਦੇ ਨੇ ਕਿ ਤੂੰ ਆਪ ਅੱਗ ਲਾ ਆਪਣੇ ਹੱਥ ਨਾਲ, ਉਸ ਚੀਜ਼ ਨੂੰ ਸਹੀ ਮੰਨਦੇ ਹੋ? ਨਹੀਂ, ਮੈਨੂੰ ਮੇਰੀ ਗੱਲ ਦਾ ਜਵਾਬ ਤੁਸੀਂ ਮੈਨੂੰ ਦੁਬਾਰਾ ਫਿਰ ਰਿਪੀਟ ਕਰਿਓ ਵੀ ਉਹ ਅਫਸਰ ਕਹਿ ਰਿਹਾ ਕਿ ਮੇਰੀ ਡੀ ਸੀ ਨਾਲ ਗੱਲ ਹੋ ਰਹੀ ਆ ਜੀ, ਮੇਰੀ ਸੁਣਵਾਈ ਨਹੀਂ ਹੋ ਰਹੀ ਜੀ, ਇਹ ਕਹਿ ਰਿਹਾ? ਬਿਲਕੁਲ। ਹੁਣ ਸਵਾਲ ਇਹ ਹੈ, ਇਹਦਾ ਮਤਲਬ ਕੀ ਨਿਕਲਦਾ ਕਿ ਜੇਕਰ ਉਹਨਾਂ ਦਾ ਅਫਸਰ ਵੀ ਕੋਈ ਗੱਲ ਕਹਿ ਰਿਹਾ ਤੇ ਉਹਦੀ ਵੀ ਸੁਣਵਾਈ ਨਹੀਂ ਕਰ ਰਿਹਾ ਜੀ ਪ੍ਰਸ਼ਾਸਨ, ਤਾਂ ਫਿਰ ਤੁਸੀਂ ਮੈਨੂੰ ਜਵਾਬ ਦਿਓ ਫਿਰ ਤੋਂ ਫਿਰ ਤਾਂ ਕਿਸਾਨ ਤਾਂ ਇਹਦਾ ਮਤਲਬ ਕਿਸਾਨ ਦੀ ਅਨਪੜ੍ਹਤਾ, ਕਿਸਾਨ ਦੀ ਭੋਲਾਪਣ, ਜਾਂ ਕਿਸਾਨ ਦੀ ਗਰੀਬੀ, ਜਾਂ ਕਿਸਾਨ ਨੂੰ ਦੇ ਕੋਲ ਤਾਕਤ ਨਾ ਹੋਣ ਦਾ ਜਾਂ ਗੈਰ ਸੰਗਠਿਤ ਹੋਣ ਦਾ ਇਹ ਫਾਇਦਾ ਚੱਕਿਆ ਜਾ ਰਿਹਾ ਕਿ ਕਿਸਾਨ ਨੂੰ ਹਰ ਤਰ੍ਹਾਂ ਦੀ ਸਜ਼ਾ ਕਿਸਾਨ ਨੂੰ ਜੀ, ਇਹ ਕਿਉਂ, ਇਹਦਾ ਕੀ ਤੁਕ ਬਣਦੀ ਹੈ? ਦੂਜੀ ਗੱਲ ਮੈਂ ਹੋਰ ਕਰਨੀ ਚਾਹੁੰਦਾ ਜੀ, ਸਾਡੇ ਲੋਕਾਂ ਨੇ ਜੀਰੇ ਦੇ ਅੰਦਰ ਸਾਲ ਤੋਂ ਵੱਧ ਸਮਾਂ ਧਰਨਾ ਚੱਲੀ ਜਾਂਦੇ ਨੂੰ ਹੋ ਗਿਆ ਜੀ, ਔਰ ਉਹ ਕਲੀਅਰ ਹੋ ਗਿਆ ਕਿ ਉਹ ਫੈਕਟਰੀ ਨੇ ਲੋਕਾਂ ਨੇ ਥੱਲੇ ਪਾਣੀ ਨੂੰ ਗਾਲਤਾ, ਲੋਕਾਂ ਨੂੰ ਬਿਮਾਰੀਆਂ ਲੱਗ ਰਹੀਆਂ ਨੇ, ਰਿਪੋਰਟਾਂ ਆ ਗਈਆਂ ਕਿ ਪਾਣੀ ਖਰਾਬ ਹੋ ਗਿਆ ਜੀ, ਉਸ ਫੈਕਟਰੀ ਦੇ ਖਿਲਾਫ ਸਰਕਾਰ ਨੇ ਕੀ ਸਟੈਪ ਚੱਕਿਆ ਹੈ? ਜਿਹਦਾ ਮੁਕੱਦਮਾ ਉਹਦੇ ਤੇ ਮੁਕੱਦਮਾ ਦੇਣ ਦੀ ਬਜਾਏ ਜੀ, ਸਗੋਂ ਉਲਟਾ 20 ਕਰੋੜ ਰੁਪਇਆ ਉਹਨੂੰ ਇਹ ਦੇਸ ਲਈ ਭਰਿਆ ਤੇ ਤੇਰਾ ਕੰਮ ਰੋਕਤਾ ਇਹਨਾਂ ਨੇ ਜੀ, ਇਹਦਾ ਮਤਲਬ ਇੰਡਸਟਰੀਲਿਸਟ ਜਿੰਨਾ ਮਰਜ਼ੀ ਪੋਲਿਊਸ਼ਨ ਕਰਨਾ ਤੇ ਫਾਰਮਰ ਜਿਹੜਾ ਸਿਰਫ 6% ਪੋਲਿਊਸ਼ਨ ਕਰਦਾ ਹੈ ਉਹਨੂੰ ਸਜ਼ਾ, ਤੇ ਜਿਹੜੀਆਂ ਫੈਕਟਰੀਆਂ ਤੇ ਜਿਹੜੇ ਟਰਾਂਸਪੋਰਟ 55 ਤੋਂ 57% 58% ਤੱਕ ਪੋਲਿਊਸ਼ਨ ਕਰਦੀਆਂ ਹੈ ਜੀ, ਉਹ ਬਰੀ ਨੇ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਤੁਸੀਂ ਨੇੜੇ ਹੋ ਜੀ, ਆ ਗੋਬਿੰਦਗੜ੍ਹ ਜਾਇਓ, ਗੋਬਿੰਦਗੜ੍ਹ ਜੀ ਇਸ ਵੇਲੇ ਗੋਬਿੰਦਗੜ੍ਹ ਦਾ ਹਾਲ ਕੀ ਹੈ? ਔਰ 24 ਘੰਟੇ ਦੀ ਇਹ ਦਸ਼ਾ ਹੈ, ਕਿੰਨੀਆਂ ਫੈਕਟਰੀਆਂ ਤੇ ਕਾਰਵਾਈ ਕੀਤੀ ਸਰਕਾਰ ਨੇ, ਕਿੰਨੇ ਲੋਕਾਂ ਤੇ ਕਾਰਵਾਈ ਕਿਉਂ ਨਹੀਂ ਕੀਤੀ? ਕਿਉਂਕਿ ਉਹ ਸੰਗਠਿਤ ਨੇ, ਕਿਉਂਕਿ ਉਹ ਪੋਲੀਟੀਕਲੀ ਵੀ ਸਾਊਂਡ ਨੇ ਤੇ ਉਹ ਇਕਨੋਮਿਕਲੀ ਵੀ ਸਾਊਂਡ ਨੇ ਜੀ, ਉਹਨਾਂ ਤੇ ਕੋਈ ਕਾਰਵਾਈ ਨਹੀਂ ਕਰੇਗਾ ਔਰ ਕਿਸਾਨਾਂ ਨੂੰ ਲਤਾੜਿਆ ਜਾ ਰਿਹਾ ਹੈ। ਡਲੀਵਲ ਸਾਹਿਬ, ਮੇਰਾ ਸਵਾਲ ਇੱਥੇ ਇਹੀ ਸੀ ਕਿ ਜਿਹਦੀ ਸੁਣਵਾਈ ਨਹੀਂ ਹੁੰਦੀ ਉਹ ਉਸ ਸਰਕਾਰੀ ਅਧਿਕਾਰੀ ਨੂੰ ਬੁਲਾ ਕੇ ਉਸ ਤੋਂ ਕੰਮ ਕਰਵਾ ਲਿਆ ਕਰਨ, ਇਸ ਪ੍ਰਕਿਰਿਆ ਨੂੰ ਸਹੀ ਮੰਨਦੇ ਹੋ? ਮੈਂ ਦੱਸਦਾ, ਸੁਣੋ ਮੇਰੀ ਗੱਲ ਜੀ, ਅਸੀਂ ਇਹ ਮੰਗ ਕਰਦੇ ਰਹੇ 8 ਵਾਰੀ ਸਾਡੀ ਜ਼ਿਲ੍ਹਾ ਬਠਿੰਡਾ ਦੀ ਟੀਮ ਜੀ ਡੀਸੀ ਬਠਿੰਡਾ ਨੂੰ ਮਿਲੀ ਜੀ 8 ਵਾਰੀ ਜੀ, ਔਰ 8ਵੇਂ ਵਾਰੀ ਇਹ ਰਿਕੁਐਸਟ ਕੀਤੀ ਇੱਥੋਂ ਤੀਕਰ ਕਿ ਖੇਤੀਬਾੜੀ ਅਫਸਰ ਦੇ ਧਰਨਾ ਦੇ ਕੇ ਮੰਗ ਕੀਤੀ ਜੀ, ਤੇ ਸ਼੍ਰੀਮਾਨ ਜੀ ਸਾਨੂੰ ਬੇਲਰ ਪ੍ਰੋਵਾਈਡ ਕਰਵਾਓ ਜੀ, ਇਹ ਕਿਉਂ ਕੀਤੇ?
ਤੁਹਾਨੂੰ ਇਸ ਗੱਲ ਦਾ ਵੀ ਪਤਾ ਹੋਣਾ ਚਾਹੀਦਾ। ਤਾਂ ਗੱਲ ਬਹੁਤ ਤਕੜਾ ਸਵਾਲ ਹੈ ਕਿ ਕੀ ਇਹ ਵਾਜਬ ਹੈ ਉਹ ਤੋਂ ਉਹਨੂੰ ਸੱਦ ਕੇ ਅੱਗ ਲਵਾ ਲੈਣੀ। ਤੇ ਦੂਜਾ ਮੇਰਾ ਸਵਾਲ ਹੁਣ ਇੱਥੇ ਇਹ ਖੜਾ ਹੈ ਕਿ ਇੱਕ ਫਾਰਮਰ ਜਿਹਦੇ ਕਣਕ ਬੀਜਣ ਦਾ ਐਗਰੀਕਲਚਰ ਯੂਨੀਵਰਸਿਟੀ ਦੇ ਨਿਯਮਾਂ ਅਨੁਸਾਰ ਕਣਕ ਬੀਜਣ ਦਾ ਸਹੀ ਸਮਾਂ ਪਹਿਲਾ 15 ਨਵੰਬਰ ਦਾ, ਅੱਜ 4 ਨਵੰਬਰ ਹੋ ਗਿਆ ਜੀ, ਸਿਰਫ 11 ਦਿਨ ਨੇ ਕਿਸਾਨ ਕੋਲੇ। ਇਦੋਂ ਬਾਅਦ ਹਰ ਹਫਤੇ 1.5 ਕੁਇੰਟਲ ਕਿਸਾਨ ਨੂੰ ਕਣਕ ਦੇ ਝਾੜ ਦੇ ਵਿੱਚ ਘਾਟਾ ਪੈਣਾ ਸ਼ੁਰੂ ਹੋ ਜਾਣਾ, ਉਹਦਾ ਕੌਣ ਜ਼ਿੰਮੇਵਾਰ ਬਣਦਾ? ਅਗਲੀ ਗੱਲ, ਅੱਜ ਕਿਸਾਨ ਨੇ ਝੋਨਾ ਵੱਢਤਾ, ਅਗਰ ਉਹਨੂੰ ਰੌਲੀ ਕਰੇਗਾ ਤਾਂ ਜ਼ਰੂਰ ਮਤਲਬ ਉਹਦਾ 20 ਦਿਨ ਝੋਨਾ ਕਣਕ ਦੀ ਬਿਜਾਉਣ ਲੇਟ ਹੋ ਜਾਵੇਗੀ। ਅਗਰ ਉਹ ਰੌਣੀ ਕਰਨ ਤੋਂ ਬਗੈਰ ਬੀਜਣ ਦਾ ਚਾਰਾ ਕਰਦਾ ਤਾਂ 15 ਦਿਨ ਉਹਨੂੰ ਬੇਲਰ ਮਸ਼ੀਨ ਨੀ ਮਿਲਦੀ, 10 ਦਿਨ ਫਿਰ ਉਹਦੇ ਖੇਤ ਦੇ ਵਿੱਚੋਂ ਗੱਠਾਂ ਨੀ ਚੱਕੀਆਂ ਜਾਂਦੀਆਂ, ਤਾਂ ਉਹਦੇ ਖੇਤ ਦਾ ਵੱਤਰ ਜਿਹੜਾ ਖਰਾਬ ਹੋ ਕੇ ਜਿਹੜਾ ਨੁਕਸਾਨ ਹੁੰਦਾ ਉਹਦਾ ਕੌਣ ਜ਼ਿੰਮੇਵਾਰ ਬਣਦਾ ਜੀ? ਸੁਣਦਾ ਕੋਈ ਕਿਸਾਨ ਦੀ? ਜਦੋਂ ਕਿਸਾਨ ਨੂੰ ਰਾਈਟ ਨੀ ਮਿਲੂਗਾ ਜਿਹੜਾ ਜਿਹੜਾ ਸੁਪਰੀਮ ਕੋਰਟ ਨੇ ਦਿੱਤਾ ਜਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਦਿੱਤਾ, ਜਦੋਂ ਉਹ ਨੀ ਮਿਲੂਗਾ ਤੇ ਜਦੋਂ ਬਾਰ ਬਾਰ ਅਫਸਰਾਂ ਦੇ ਜਾ ਕੇ ਬਾਰਾਂ ਦੇ ਵਿੱਚ ਲਿਲੜੀਆਂ ਕੱਢਣ ਦੇ ਬਾਵਜੂਦ ਉਹਨੂੰ ਮਸ਼ੀਨਰੀ ਨੀ ਮਿਲਦੀ, ਤਾਂ ਫਿਰ ਉਹ ਜੇ ਫਿਰ ਵੀ ਉਹਨਾਂ ਦੇ ਖੇਤ ਦੇ ਵਿੱਚ ਅੱਗ ਲਾਉਣ ਗਿਆ ਤੋਂ ਕਿਸਾਨਾਂ ਤੋਂ ਜਾ ਕੇ ਕਿਸਾਨਾਂ ਨੂੰ ਕੋਈ ਜਾ ਕੇ ਉਹਨਾਂ ਨੇ ਤਾਂ ਉਹਨਾਂ ਨੂੰ ਧਮਕੀਆਂ ਦੇਊਗਾ, ਉਹਨਾਂ ਦੇ ਮੁਕੱਦਮੇ ਦਰਜ ਕਰਨ ਦੀ ਗੱਲ ਕਰੂਗਾ, ਤਾਂ ਫਿਰ ਮੈਨੂੰ ਐਂ ਦੱਸੋ ਕਿਸਾਨ ਦੇ ਅੰਦਰੋਂ ਕੀ ਨਿਕਲੂਗਾ? ਕੀ ਉਹਨੂੰ ਗੁੱਸਾ ਨੀ ਆਊਗਾ ਜੀ? ਕੀ ਕਨਸਟਰਕਟਿਵ ਕਿਸਾਨ ਦੀ ਇਹਦੇ 'ਚ ਨਿਰਾਦਰ ਨਹੀਂ, ਕਿਸਾਨ ਦੀ ਬੇਇੱਜ਼ਤੀ ਨਹੀਂ ਇਹਦੇ 'ਚ ਜੀ? ਜਿਹਦੇ ਕਰਕੇ ਉਹਨਾਂ ਉਸ ਅਧਿਕਾਰੀ ਨੂੰ ਅਜਿਹਾ ਕੁਛ ਬੋਲਿਆ ਗਿਆ ਹੋਣਾ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ, ਉਹ ਕੀਤਾ ਗਿਆ ਹੋਊਗਾ ਜਿਹੜਾ ਕੁਛ ਤੁਸੀਂ ਕਹਿ ਰਹੇ ਹੋ ਜੀ। ਪਰ ਜੇ ਉਹ ਕੀਤਾ ਗਿਆ ਤੇ ਉਹਦੀ ਬੈਕਗ੍ਰਾਉਂਡ ਤੇ ਜਾਣਾ ਚਾਹੀਦਾ, ਸਰਕਾਰ ਨੂੰ ਕਿਸਾਨ ਦੀ ਬਾਹ ਫੜਨੀ ਚਾਹੀਦੀ ਆ, ਨਾ ਕਿ ਕਿਸਾਨ ਦੇ ਮੁਕੱਦਮੇ ਦਰਜ ਕਰਨੇ ਚਾਹੀਦੇ ਆ ਜੀ। ਡਲੇਵਾਲ ਸਾਹਿਬ, ਮੇਰਾ ਆਖਰੀ ਸਵਾਲ, ਜਿਸ ਤਰ੍ਹਾਂ ਦੇ ਨਾਲ ਹੁਣ ਕਿਸਾਨਾਂ ਤੇ ਪਰਚਾ ਦਰਜ ਕਰਨ ਦੀ ਗੱਲ ਖੁਦ ਪੰਜਾਬ ਦੇ ਮੁੱਖ ਮੰਤਰੀ ਨੇ ਕਹੀ ਆ, ਕੀ ਕਿਸਾਨ ਜਥੇਬੰਦੀਆਂ ਉਹਨਾਂ ਕਿਸਾਨਾਂ ਦਾ ਸਾਥ ਦੇਣਗੀਆਂ? ਜ਼ਰੂਰ ਦੇਣਗੀਆਂ ਜੀ, ਕਿਉਂ ਨਹੀਂ ਦੇਣਗੀਆਂ? ਇਹਦਾ ਮਤਲਬ ਸਰਕਾਰ ਕੋਈ ਮਦਦ ਕਰੇ ਨਾ, ਜਿਹੜੀਆਂ ਸੁਪਰੀਮ ਕੋਰਟ ਨੇ ਵੀ ਹਦਾਇਤਾਂ ਕੀਤੀਆਂ ਉਹਦੀ ਬਿਨਾਂ ਉਹਦੇ ਤੇ ਵੀ ਨਾ ਗੌਰ ਕਰੇ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਜੋ ਹਦਾਇਤਾਂ ਕੀਤੀਆਂ ਸਰਕਾਰ ਉਹਦੇ ਤੇ ਵੀ ਨਾ ਗੌਰ ਕਰੇ, ਔਰ ਸਾਡੇ ਤੇ ਪਰਚੇ ਸਾਡੇ ਤੇ ਮੁਕੱਦਮੇ ਦਰਜ ਕੀਤੇ ਜਾਣ, ਅਸੀਂ ਫਿਰ ਵੀ ਚੁੱਪ ਕਰਕੇ ਬੈਠ ਜਾਈਏ ਕਿਵੇਂ ਬਹਿ ਜਾਣਗੇ ਜੀ ਲੋਕ ਚੁੱਪ ਕਰਕੇ? ਕਿਵੇਂ ਸਜ਼ਾ ਨੂੰ ਚੁੱਪ ਕਰਕੇ ਬਹਿ ਕੇ ਨੀਵੀਂ ਪਾ ਕੇ ਝੱਲ ਲੈਣਗੇ ਜੀ? ਕਿਸਾਨ ਦੇ ਖਿਲਾਫ ਅੰਦੋਲਨ ਕਰਨਗੇ, ਕਿਸਾਨ ਦੇ ਖਿਲਾਫ ਆਵਾਜ਼ ਚੁੱਕਣਗੇ, ਕਿਸਾਨ ਦੇ ਖਿਲਾਫ ਲੜਾਈ ਲੜਨਗੇ ਜੀ। ਬਹੁਤ ਬਹੁਤ ਧੰਨਵਾਦ ਡਲਵਾਲ ਸਾਹਿਬ ਗੱਲਬਾਤ ਕਰਨ ਲਈ। ਠੀਕ ਹੈ ਜੀ।